ਪੰਜਾਬ ਦੀ ਹਰ ਖਬਰ ਤੇ ਅਪਡੇਟ ਰਹਿਣ ਦੇ ਲਈ ਰੇਡੀਓ ਪੰਜਾਬ ਟੂਡੇ ਦਾ YouTube ਚੈਨਲ ਸਬਸਕ੍ਰਾਈਬ ਕਰੋ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661-797-2345। ਬੀਤੇ ਦਿਨੀ ਪਾਕਿਸਤਾਨ ਅੰਦਰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਹੋਏ ਪਥਰਾਓ ਅਤੇ ਨਨਕਾਣਾ ਸਾਹਿਬ ਦਾ ਨਾਮ ਬਦਲ ਕੇ ਗੁਲਾਮੇ ਮੁਸਤਫਾ ਰੱਖੇ ਜਾਣ ਦੀ ਮੰਗ ਦੇ ਵਿਰੋਧ ਵਿੱਚ ਅੱਜ ਬਰਨਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ 'ਤੇ ਹਮਲਾ ਇੱਕ ਸਾਜਿਸ਼ ਤਹਿਤ ਕੀਤਾ ਗਿਆ ਹੈ, ਜਿਸ ਦਾ ਸਿੱਧਾ ਸਬੂਤ ਪਾਕਿਸਤਾਨ ਸਰਕਾਰ ਵੱਲੋਂ ਦੰਗਾਕਾਰੀਆਂ ਖਿਲਾਫ਼ ਹੁਣ ਤੱਕ ਕੋਈ ਕਾਰਵਾਈ ਦਾ ਨਾ ਕੀਤੇ ਜਾਣਾ ਬਣਦਾ ਹੈ। ਕੱਲ੍ਹ ਪਾਕਿਸਤਾਨ 'ਚ ਗੁਰਦੁਆਰਾ ਨਨਕਾਣਾ ਸਾਹਿਬ ਜਿਹੜਾ ਹੈਗਾ, ਉੱਥੇ ਕੁਛ ਸਾਡੇ ਸਿੱਖ ਸ਼ਰਧਾਲੂ ਗਏ ਹੋਏ ਸੀਗੇ, ਤਾਂ ਬਹੁਤ ਮੁਸ਼ਕਿਲ ਨਾਲ ਮੈਂ ਸਮਝਦਾ ਉਹਨਾਂ ਨੇ ਆਪਦੀ ਭੱਜ ਕੇ ਉੱਥੇ ਜਾਨ ਬਚਾਈ ਹੈ। ਉੱਥੇ ਕੁਛ ਲੋਕਾਂ ਨੇ ਗਿਣੀ ਮਿਥੀ ਸਾਜਿਸ਼ ਦੇ ਤਹਿਤ ਸਿੱਖ ਸ਼ਰਧਾਲੂਆਂ 'ਤੇ ਹਮਲਾ ਕਰਤਾ ਔਰ ਉੱਥੋਂ ਦੀ ਸਰਕਾਰ ਸੁੱਤੀ ਪਈ ਰਹੀ। ਪੂਰੇ ਮੈਂ ਸਮਝਦਾ ਵੀ ਇਹ ਪੂਰਾ ਪਲੈਨਡ ਔਰ ਗਿਣੀ ਮਿਥੀ ਸਾਜਿਸ਼ ਸੀਗੀ ਜਿਹੜਾ ਹਮਲਾ ਕੀਤਾ ਗਿਆ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀ ਵਾਰ ਵਾਰ ਇਹ ਅਪੀਲ ਕੀਤੀ, ਉੱਥੋਂ ਦੀ ਸਰਕਾਰ ਨੂੰ ਚਿਤਾਇਆ ਕਿ ਬਹੁਤ ਬੁਰਾ ਹੋ ਰਿਹਾ ਇਹਦਾ, ਤੁਸੀਂ ਸਖ਼ਤ ਨੋਟਿਸ ਲਓ, ਜਲਦੀ ਐਕਸ਼ਨ ਲਓ। ਤਾਂ ਕੀ ਨਹੀਂ ਕਰ ਸਕਦੀ ਸੀ ਸਰਕਾਰ, ਉਹਨਾਂ ਨੇ ਜਾਣ ਬੁੱਝ ਕੇ ਅੱਖਾਂ ਮੀਚੀ ਰੱਖੀਆਂ ਔਰ ਇਹ ਸਾਰਾ ਕੁਝ ਹੋਣ ਦਿੱਤਾ। ਔਰ ਸਰਾਸਰ ਇਸ ਸਰਕਾਰ ਦੀ, ਪਾਕਿਸਤਾਨ ਸਰਕਾਰ ਦੀ, ਇਮਰਾਨ ਖਾਨ ਦੀ ਇਹ ਨਲੈਕੀ ਹੈ ਔਰ ਜਾਣ ਬੁੱਝ ਕੇ ਉਹਨਾਂ ਨੇ ਸਾਡੇ ਸਿੱਖ ਸ਼ਰਧਾਲੂਆਂ 'ਤੇ ਹਮਲਾ ਕਰਵਾਇਆ ਔਰ ਉਹਨਾਂ ਨੂੰ ਤੰਗ ਕੀਤਾ। ਜੀ ਕੋਈ ਵੀ ਗੁਨਾਹ ਕਰਕੇ ਆਪਦਾ ਕਹਿੰਦਾ ਨਹੀਂ ਮੈਂ ਗੁਨਾਹਗਾਰ ਹਾਂ ਜਾਂ ਅਸੀਂ ਗੁਨਾਹਗਾਰ ਹਾਂ, ਗੁਨਾਹ ਉਹਨਾਂ ਨੇ ਕੀਤਾ। ਜੇ ਕੋਈ ਆਪਸੀ ਗੁੱਟਾਂ ਦਾ ਮਸਲਾ ਸੀ, ਐਡੀਆਂ ਵੱਡੀਆਂ ਵੱਡੀਆਂ ਸਰਕਾਰਾਂ ਨੇ, ਦੇਸ਼ ਦੀ ਸਰਕਾਰ ਆ, ਉਹ ਪ੍ਰਧਾਨ ਮੰਤਰੀ ਹੈ, ਤਾਂ ਕੋਈ ਆਪਸ 'ਚ ਦੋ ਗੁੱਟ ਕੋਈ ਛੋਟੀ ਗੱਲ ਥੋੜ੍ਹਾ ਸੀ? ਕੋਈ ਹਿੰਦੁਸਤਾਨ ਤੋਂ ਸ਼ਰਧਾਲੂ ਪਾਕਿਸਤਾਨ ਗਏ ਨੇ ਗੁਰੂ ਘਰ 'ਚ, ਉਹਨਾਂ 'ਤੇ ਹਮਲਾ ਹੋ ਰਿਹਾ, ਤਾਂ ਕੋਈ ਛੋਟੀ ਮੋਟੀ ਗੱਲ ਥੋੜ੍ਹਾ ਸੀ ਕਿ ਉਹਨੂੰ ਇਗਨੋਰ ਕੀਤਾ ਜਾ ਸਕਦਾ ਸੀ? ਇੰਨਾ ਇਗਨੋਰ ਕੀਤਾ ਉਹਨਾਂ ਨੇ, ਕੁਛ ਹੋਣ ਦਿੱਤਾ, ਅਤੇ ਕੋਈ ਛੋਟੀ ਮੋਟੀ ਗੁੱਟਾਂ ਵਾਲੀ ਗੱਲ ਨਹੀਂ ਸੀ, ਇਹ ਗਿਣੀ ਮਿਥੀ ਸਾਜਿਸ਼ ਸੀ। ਇਹ ਤਾਂ ਇੱਕ ਪਰਦਾ ਪਾਉਣ ਵਾਲੀ ਗੱਲ ਹੈ, ਲੁਕਾਉਣ ਵਾਲੀ ਗੱਲ ਹੈ। ਭਾਜਪਾ ਦੀ ਤਰਫ ਤੋਂ ਅਸੀਂ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਪਾਕਿਸਤਾਨ ਦੇ ਵਿੱਚ ਉੱਥੇ ਉਹਦੇ ਲੋਕਾਂ 'ਤੇ ਜੋ ਹਮਲਾ ਕੀਤਾ ਉਸਦੀ ਨਿੰਦਿਆ ਕਰਨ ਲਈ ਅਤੇ ਪਾਕਿਸਤਾਨ ਸਰਕਾਰ ਤੋਂ ਇਹ ਮੰਗ ਕਰਨ ਲਈ ਕਿ ਜੋ ਵੀ ਦੋਸ਼ੀ ਨੇ ਉਹਨਾਂ ਨੂੰ ਬਣਦੀ ਕਾਰਵਾਈ ਕੀਤੀ ਜਾਵੇ, ਸਜ਼ਾ ਦਿੱਤੀ ਜਾਵੇ, ਕਿਉਂਕਿ ਉੱਥੋਂ ਜਿਹੜੇ ਸਾਡੇ ਸਿੱਖ ਭਾਈਚਾਰਾ ਜਾਂ ਹਿੰਦੂ ਭਾਈਚਾਰਾ ਹੈ ਉਹ ਬਹੁਤ ਹੀ ਤ੍ਰਾਸਦੀਪੂਰਨ ਜੀਵਨ ਜੀ ਰਹੇ ਨੇ। ਹੁਣ ਦੇਖੋ ਗੁਰਦੁਆਰੇ ਸਾਹਿਬ 'ਤੇ ਜਿਹੜਾ ਹਮਲਾ ਹੋਇਆ ਉਹਨੂੰ ਕਿਸੇ ਤਰੀਕੇ ਵੀ ਅਸੀਂ ਉਹ ਨਹੀਂ ਕਰ ਸਕਦੇ। ਉੱਥੋਂ ਦੇ ਮੁਸਲਿਮ ਕਹਿ ਰਹੇ ਨੇ ਕਿ ਜਿਹੜੇ ਵੀ ਉੱਥੋਂ ਦੇ ਲੋਕਾਂ ਦਾ ਕਹਿਣਾ ਕਿ ਜਿੰਨੇ ਉੱਥੇ ਹਿੰਦੂ ਸਿੱਖ ਵੱਸਦੇ ਨੇ ਉਹਨਾਂ ਨੂੰ ਉੱਥੋਂ ਕੱਢ ਦੇਵਾਂਗੇ ਅਤੇ ਨਾਲ ਹੀ ਗੁਰਦੁਆਰਾ ਸਾਹਿਬ ਦਾ ਨਾਮ ਬਦਲ ਕੇ ਗੁਲਾਮੇ ਮੁਸਤਫਾ ਕਰ ਦੇਵਾਂਗੇ। ਅਸੀਂ ਪਾਕਿਸਤਾਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਦੀ ਜਿੰਨੀ ਵੀ ਉਹ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ ਅਤੇ ਦੋਸ਼ੀ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਚਲੋ। ਅਤੇ ਉੱਥੋਂ ਜੋ ਹਿੰਦੂ ਜਾਂ ਸਿੱਖ ਲੋਕ ਜੋ ਰਹਿ ਰਹੇ ਨੇ ਉਹਨਾਂ ਦੇ ਪ੍ਰਤੀ ਜੋ ਵੀ ਵਿਵਹਾਰ ਹੈ ਉਹਨੂੰ ਸਹੀ ਰੱਖਿਆ ਜਾਵੇ, ਉਹਨਾਂ ਦੀ ਸੁਰੱਖਿਆ ਦੀ, ਉਹਨਾਂ ਦੀ ਤਰੱਕੀ ਦਾ ਉਹ ਉਨਾ ਹੀ ਚਿੰਤਾ ਕਰਨ ਜਿੰਨਾ ਅਸੀਂ ਇੱਧਰ ਦੂਸਰੇ ਲੋਕਾਂ ਦਾ ਕਰਦੇ ਹਾਂ ਸਾਰੇ। ਸਾਡੇ ਧਾਰਮਿਕ ਸਥਾਨ ਪਾਕਿਸਤਾਨ ਦੇ ਵਿੱਚ ਰਹਿ ਗਏ
ਉਹਨਾਂ ਦੇ ਦਰਸ਼ਨਾਂ ਵਾਸਤੇ ਸ਼ਰਧਾਲੂ ਬੜੀ ਸ਼ਰਧਾ ਨਾਲ ਬੜੀ ਆਸਥਾ ਨਾਲ ਜਾਂਦੇ ਨੇ ਅਤੇ ਉੱਥੇ ਜਦੋਂ ਆਪਣੀ ਸ਼ਰਧਾ ਦੇ ਨਾਲ ਸ਼ਰਧਾਲੂ ਗਏ ਹੋਏ ਸੀਗੇ ਉਹਨਾਂ ਦੇ ਉੱਤੇ ਬਹੁਤ ਢੰਗ ਨਾਲ ਉਹਨਾਂ ਨੇ ਜਿਹੜਾ ਹਮਲਾ ਕਰਤਾ ਜਿਹਦੇ ਵਿੱਚੋਂ ਉਹਨਾਂ ਨੇ ਮਸਾਂ ਜਾਨਾਂ ਬਚਾਈਆਂ ਨੇ ਇਹ ਬਹੁਤ ਵੱਡੀ ਘਿਨਾਉਣੀ ਕਾਰਵਾਈ ਹੈ ਕਿਉਂਕਿ ਕਿਸੇ ਵੀ ਧਾਰਮਿਕ ਸਥਾਨ 'ਤੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਨੇ ਕੋਈ ਜ਼ਿੰਮੇਵਾਰੀ ਆਪਣੀ ਨਿਭਾਈ ਨਹੀਂ ਹੈ ਇਮਰਾਨ ਖਾਨ ਦੀ ਇਹ ਜਿਹੜੀ ਹੈਗੀ ਪਾਕਿਸਤਾਨ ਦੀ ਗਿਣੀ ਵੀ ਸ਼ਹਾਦਤ ਦੇ ਤਹਿਤ ਇਹ ਸਾਡੇ ਦੇਸ਼ ਨੂੰ ਗੁੰਮਰਾਹ ਕਰਦੇ ਨੇ ਸਾਡੇ ਸ਼ਰਧਾਲੂਆਂ ਨੂੰ ਤੰਗ ਕਰਦੇ ਨੇ ਇਹ ਬਹੁਤ ਘਿਨਾਉਣੀ ਕਾਰਵਾਈ ਹੈ ਅਸੀਂ ਇਹਦੀ ਘੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਅਤੇ ਇਸੇ ਕਰਕੇ ਅੱਜ ਇਮਰਾਨ ਖਾਨ ਦਾ ਪੁਤਲਾ ਫੂਕਦੇ ਹਾਂ ਤਾਂ ਕਿ ਅੱਗੇ ਤੋਂ ਸਾਡੇ ਸ਼ਰਧਾਲੂ ਜਿਹੜੇ ਜਾਂਦੇ ਨੇ ਉਹ ਸੁਰੱਖਿਅਤ ਰਹਿਣ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸੁਰੱਖਿਆ ਦੀ ਪਾਕਿਸਤਾਨ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ।